अच्छी गल है जी। ਤੁਸੀਂ ਸਮਝੇ ਭਾਈ ਜੀ ਸਾਰੇ ਇਦਾਂ ਹੀ ਹੋਏ ਬਸ ਇੱਕ ਬੋਲ ਤੋਂ ਦੁਪਹਿਰ ਜਨਵਾਈ ਨਾ ਰੇਟ ਦਾ ਛੋੜੋ ਨਾ ਨਾ ਮਾਉਂ ਦਾ ਤੂੰ ਨਾਲ ਸੁਣਦਾ ਸੀ ਨਾ ਵੀਡੀਓ ਬਣਾ ਨਾਲ ਦੱਸ ਦੇ ਹੱਟ ਇਸ ਦੀ ਰੇਟ ਕੀ ਡਿਮਾਂਡ ਹੈ ਸੀ ਜਨਵਰ ਇਹ ਮਨਾਸਬ ਹੀ ਹੈ ਤਕਰੀਬਨ ਇੱਕ ਬੱਤੀਆਂ ਦਾ ਇੱਕ ਬੱਤੀਆਂ ਦਾ ਇੱਕ ਬੱਤੀ ਤਕਰੀਬਨ ਕਿੰਨਾ ਗੋਸ਼ਤ ਇਸ ਵਿੱਚ ਨਿਕਲ ਗਿਆ ਸੀ ਜੀ ਉਹ ਤਕਰੀਬਨ 4.25 ਮਾਨ 4.25 ਇਹ ਹੋਣਾ ਇਹ ਆਲਾ ਤਕਰੀਬਨ ਪੌਣੇ ਤਰਾਏ ਤਰਾਏ ਮਾਨ ਡਿਮਾਂਡ ਕੀ ਹੈ ਇਸ ਦੀ ਡਿਮਾਂਡ ਇਸ ਦੀ ਹੈ 85,000 ਠੀਕ ਇਹ ਜਗਨ ਨਾਲ ਬਲੈਕ ਵਾਈਟ ਹੈ ਇਹ ਵੀ ਇਸ ਦੀ ਖੂਬਸੂਰਤੀ ਹੈ ਮੌਲਾ ਨਹੀਂ ਜੀ ਹਾਂ ਇਸ ਦੀ ਰੇਟ ਹੈ ਤਕਰੀਬਨ 45,000 ਛੋਟਾ ਇਹ ਜਿਹੜਾ ਛੋਟਾ ਜਾਨਵਰ ਹੈ ਇਹ ਕੋਨੇ ਦਾ ਇਹ ਤਕਰੀਬਨ ਇਸਦਾ ਵਜ਼ਨ ਕਿੰਨਾ ਹੋ ਸੀ ਪੰਤਾਲੀ ਤੋਂ ਪੰਜਾਹ ਕਿਲੋ ਇਸ ਦੀ ਕੀ ਕੀਮਤ ਹੈ ਇਸ ਦੀ ਕੀਮਤ ਹੈ 35,000 ਠੀਕ ਤਾਂ ਇਸ ਦੀ ਕੀ ਕੀਮਤ ਹੈ ਇਸ ਦੀ 41,000 ਮਾਸ਼ਾ ਅੱਲਾ ਅਗਰ ਤੁਸੀਂ ਨਾਲ ਕੋਈ ਔਨਲਾਈਨ ਤੁਸੀਂ ਨੰਬਰ ਕੰਟੈਕਟ ਕਰਾ ਮਾਲ ਖਰੀਦਣ ਵਾਸਤੇ ਮੁਜ਼ਫਰਾਬਾਦ ਜਾਂ ਕਿਸੇ ਜਗ੍ਹਾ ਤੁਸੀਂ ਉਹ ਡਿਲੀਵਰੀ ਕਰ ਸਕਦੇ ਹੋ ਪਹੁੰਚਾ ਕੇ ਵੀ ਦੇ ਸਕਦੇ ਹੋ ਅੱਛਾ ਤੁਸੀਂ ਆਪਣਾ ਨੰਬਰ ਬੋਲੋ ਨਾ 0343 0343 5824 5324 394 9,000 ਤੁਸੀਂ ਪੂਰਾ ਨਾਮ ਰਾਜਾ ਅਜ਼ੀਜ਼ੁਰ ਰਹਿਮਾਨ ਸ਼ਹਿਬਾਦ ਜੀ ਰਾਜਾ ਅਜ਼ੀਜ਼ੁਰ ਰਹਿਮਾਨ ਜੀ ਜੀ ਮਾਸ਼ਾ ਅੱਲਾ ਤਾਂ ਤੁਸੀਂ ਮਤਲਬ ਪਟੇਕਾ ਤੋਂ ਦੇ ਸਕਦੇ ਹੋ ਮੁਜ਼ਫਰਾਬਾਦ ਤੋਂ ਵੀ ਦੇ ਸਕਦੇ ਹੋ ਹਰ ਜਗ੍ਹਾ ਦੇ ਸਕਦੇ ਹੋ ਠੀਕ ਹੋ ਗਿਆ ਅਗਰ ਇਸਲਾਮਾਬਾਦ ਵੀ ਦੇ ਸਕਦੇ ਹੋ ਮੇਰਾ ਇਸਲਾਮਾਬਾਦ ਵੀ ਅੱਛਾ ਇਸਲਾਮਾਬਾਦ ਵੀ ਦੇ ਸਕਦੇ ਹੋ ਓ ਵੈਰੀ ਗੁੱਡ ਅੱਛਾ ਥੋੜ੍ਹਾ ਜਿਹਾ ਰਹੋ ਇੱਧਰ ਵੀ ਰੇਟਾਂ ਥੋੜ੍ਹੀ ਜੀ ਇਹ ਜਿਹੜਾ ਬੈਲ ਹੈ ਇਹ ਇੱਕ ਪੈਂਤੀਆਂ ਦਾ ਤੁਸੀਂ ਨਜ਼ਰ ਵਿੱਚ ਇਸ ਵਿੱਚ ਸਭ ਤੋਂ ਅੱਛਾ ਬੈਲ ਕਿਹੜਾ ਬਿਹਤਰੀਨ ਸਭ ਤੋਂ ਖੂਬਸੂਰਤ ਗੋਨ ਹੈ ਕਿ ਅੱਗੇ ਤੋਂ ਨਿਕਲਦਾ ਸਭ ਤੋਂ ਜ਼ਿਆਦਾ ਖੂਬਸੂਰਤੀ ਦੇ ਜੀ ਖੂਬਸੂਰਤੀ ਵਿੱਚ ਵਜ਼ਨ ਵੀ ਪਾਰਾ ਆ ਗਿਆ ਵਜ਼ਨ ਵੀ ਸਭ ਕੋਲੇ ਪਾਰਾ 5.5 ਮਣ 5.5 ਮਣ ਮਾਸ਼ਾ ਅੱਲਾ ਬੈਲ ਵੀ ਬਹੁਤ ਅੱਛਾ ਜੀ ਮਾਸ਼ਾ ਅੱਲਾ ਤੁਸੀਂ ਪਸੰਦ ਵਾਕਈ ਬਹੁਤ ਅੱਛੀ ਹੈ ਨਹੀਂ ਖਰੀਦੇ ਵੀ ਆਪ ਹੀ ਹੁੰਦਾ ਅੱਛਾ ਦਾੜ ਵੀ ਆਪਨ ਗਈ ਤੇ ਵੀ ਆ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਯਾਨੀ ਜਿਸ ਟਾਈਮ ਗਾਹਕ ਤੁਸੀਂ ਨਾਲ ਗੱਲ ਕਰ ਸੀ ਤਾਂ ਉਤਾ 2-4 ਉਤਾ ਤਲਾ ਹੋ ਜੁਲ ਸੀ ਬੇਸ਼ੱਕ ਕੋਈ ਨਹੀਂ ਬਸ 2-4-5-10 ਵੀ ਹੋ ਜੂ ਬਸ ਗੁੱਡ ਹੋ ਗਿਆ ਇਸ ਤੋਂ ਇਲਾਵਾ ਸਭ ਤੋਂ ਬੈਸਟ ਦਾਨ ਹੈ ਕਿ ਆ ਗਿਆ ਸਭ ਤੋਂ ਬੈਸਟ ਹੈ ਕਿ ਤਾਂ ਕੋ ਬਰਗਾ ਨਹੀਂ ਹੈ ਇੱਕੋ ਬਰਗਾ ਹੈ ਇੱਕ ਹੋਰ ਹੈ ਗੁੱਡ ਹੋ ਗਿਆ ਵਾਕਈ ਜੀ ਮਾਸ਼ਾ ਅੱਲਾ ਦਾਨ ਦੀ ਵੀ ਖੂਬਸੂਰਤ ਹੈ ਜੀ ਯਾਨੀ ਕਿ ਤੁਸਾਂ ਕੋਲ ਜਿਹੜਾ ਮਾਲ ਹੈ ਉਹ 35,000 ਤੋਂ ਸ਼ੁਰੂ ਹੁੰਦਾ ਤਾਂ 1.5 ਲੱਖ ਤੱਕ ਜੁਲਦਾ 1,60,000 ਤੱਕ ਜੁਲਦਾ ਜਿਹੜਾ 35,000 ਵਾਲਾ ਹੈ 35,000 ਵਾਲੇ ਦਾ ਵਜ਼ਨ ਮਣ ਉਸਦਾ ਵਜ਼ਨ ਠੀਕ ਤੋਲ ਗਏ ਉਹ ਅਗਰ ਕਿਸੇ ਨੂੰ ਕੋਈ ਸਪੈਸ਼ਲ ਕਵਨ ਜੀ ਅਸੀਂ ਤੋਲ ਕੇ ਦੇ ਸਕਦੇ ਹਾਂ ਤੋਲ ਕੇ ਠੀਕ ਹੋ ਗਿਆ ਗੁੱਡ ਕੋਈ ਮਸਲਾ ਨਹੀਂ ਠੀਕ ਹੋ ਗਿਆ ਉਸ ਦਾ ਗੋਸ਼ਤ ਨਹੀਂ ਕਿ ਅਸੀਂ ਤੋਲਣ ਤੋਂ ਬਾਅਦ ਉਸ ਦੀ ਪੇਮੈਂਟ ਕਰਾਂ ਗੁੱਡ ਵੈਰੀ ਗੁੱਡ 100% ਜੈਨੂਇਨ ਕੰਮ ਕਰਦੇ ਆ ਯਾਨੀ ਅੱਲਾ ਦੀ ਮਿਹਰਬਾਨੀ ਨਾਲ ਜਿਹੜੀ ਪੇਮੈਂਟ ਦੀ ਬਾਤ ਕਰਨ ਨਾ ਹਾਂਜੀ ਸਿੱਧੀ ਗੱਲ ਉਸ ਨੂੰ ਜਮ੍ਹਾਂ ਕਰਨ ਉਸ ਦਾ ਵੇਟ ਕਰਨ ਜੀ ਉਸ ਤੋਂ ਬਾਅਦ ਅਸੀਂ ਪੇਮੈਂਟ ਕਰਾਂ ਗੁੱਡ ਅਗਰ ਕਿਸੇ ਨੂੰ ਆਰਮੀ ਕੰਟੈਕਟਰ ਹੈ ਤਕਰੀਬਨ 29 ਸਾਲ ਜੀ ਕਾਰਗਿਲ ਸਿਆਚੀਨ ਅਗਲੇ ਸਾਫੀ ਮੈਂ ਆਪਣੇ ਜੀਓ ਨਿਊਜ਼ ਵਾਲੇ ਮੈਨੂੰ ਪਿੱਛਾ ਮਿਲ ਗਏ ਸਨ ਅੱਛਾ ਕਿ ਬਾਬਾ ਉਹ ਤਾਂ ਬੜਾ ਕਮਾ ਆਦਮੀ ਹੈ ਨਾਗਾ ਪਰਬਤ ਜੇ ਉਹ ਇਹ ਨਦ ਨਹਿਰੀ ਜੋ ਵੀ ਹੈ ਦਵਸੇ ਜਾ ਰਹੀ ਹੈ ਇਹ ਮੈਂ ਸਾਰਾ ਇੰਚੀ ਇੰਚੀ ਪੈਦਲ ਮਾਲ ਖਰੀਦਿਆ ਦਾ ਮਾਲ ਵੇਚਿਆ ਦਾ ਔਰ ਹਰ ਪੋਸਟ ਦਾ ਮਾਲ ਦਿੱਤਾ ਦਾ ਅਗਰ ਕਿਸੇ ਕੋ 5-10 ਬੈਲ ਚਾਹੀਦੇ ਹੋਵੇ ਪਿੰਡੀ ਇਸਲਾਮਾਬਾਦ ਦਾ 50 ਵੀ ਚਾਹੀਦਾ ਵਾ ਕੋਈ ਪਹੁੰਚਾ ਸਕਦੇ ਹੋ ਤੁਸੀਂ ਇਨਸ਼ਾ ਅੱਲਾਹ ਗੁੱਡ ਠੀਕ ਹੋ ਗਿਆ ਇਹ ਚੜ੍ਹਨੀ ਵੀ ਚਾਹੀਦੀ ਹੈ ਪੋਸਟ ਇਹ 100% ਸਰ 100% ਇਹ ਸਮਝੋ ਚੜ੍ਹ ਗਈ ਹੈ ਜੀ ਇਧਰ ਜਗ੍ਹਾ ਹੈ ਨਾਂ ਲਿਖ ਛੜਿਓ ਜਗ੍ਹਾ ਹੈ ਹੋਵੇ ਤਾਂ ਇਹ ਫਲਾਣੀ ਜਗ੍ਹਾ ਤੋਂ ਮੈਂ ਬਹੁਤ ਸ਼ੁਕਰੀਆ ਤੁਸੀਂ ਇਸ ਜਗ੍ਹਾ ਦਾ ਪੂਰਾ ਨਾਂ ਦੱਸ ਛੱਡੋ ਜ਼ਰਾ
इस जगह का जगह सी कवर भी कर दें, अगर कोई डायरेक्टली विजिट करना चाहे वो कर सकता यानी कि। हाँ वो भाई रिकॉर्ड होगी, बहुत शुक्रिया। ये मेरे ख्याल ना पेट्रोल पंप बन गई है जी। ठीक ठीक ठीक, अब्बासी होंडा सेंटर।